ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਜੀ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਆਪਾਂ ਜਾ ਰਹੇ ਹਾਂ ਪਟਿਆਲੇ। ਪਟਿਆਲੇ ਕੀ ਬਸ ਪਹੁੰਚ ਹੀ ਗਏ, ਤੁਸੀਂ ਪਿੱਛੇ ਨਹਿਰ ਦੇਖ ਰਹੇ ਹੋਵੋਗੇ, ਬਸ ਫਿਊ ਮਿੰਟਾਂ 'ਚ ਆਪਾਂ ਪਟਿਆਲੇ। ਅਤੇ ਜੀ ਅੱਜ ਆਪਾਂ ਜਾ ਰਹੇ ਹਾਂ ਨੰਬਰਦਾਰ ਆਪਣੇ ਨਾਲ ਅਤੇ ਬਿੱਲਾ ਗਾ, ਅਤੇ ਅੱਜ ਬਿੱਲੇ ਦਾ ਕੋਈ ਕੰਮ ਆ ਯੂਨੀਵਰਸਿਟੀ 'ਚ, ਉਹਨੇ ਇੱਕ ਟੀਚਰਾਂ ਨਾਲ ਮਿਲਣਾ ਗਾ, ਅਤੇ ਅੱਜ ਉਹਦੇ ਨਾਲ ਆਪਾਂ ਯੂਨੀਵਰਸਿਟੀ ਜਾ ਰਹੇ ਹਾਂਗੇ। ਅਤੇ ਤੁਹਾਨੂੰ ਦਿਖਾਉਣੇ ਯੂਨੀਵਰਸਿਟੀ, ਅਤੇ ਤੁਸੀਂ ਯੂਨੀਵਰਸਿਟੀ ਦੇਖਿਓ ਨਾਲੇ ਬਲੌਗ ਦਾ ਲਿਓ ਨਜ਼ਾਰਾ। ਅਤੇ ਛੇਤੀ ਛੇਤੀ ਵੀਡੀਓ ਨੂੰ ਲਾਈਕ ਕਰ ਦਿਉ ਛੇਤੀ ਛੇਤੀ, ਅੱਗੇ ਤੁਹਾਨੂੰ ਬਲੌਗ ਘੈਂਟ ਮਿਲੂਗਾ। ਅੱਗੇ ਹੀ ਆਪਾਂ ਫਿਰ ਯੂਨੀਵਰਸਿਟੀ 'ਚ ਜਾ ਕੇ ਮਿਲਦੇ ਹਾਂਗੇ। ਇਹ ਐਂਟਰੀ ਪੁਆਇੰਟ ਹੈਗਾ ਯੂਨੀਵਰਸਿਟੀ ਦਾ, ਇੱਥੋਂ ਐਂਟਰੀ ਹੁੰਦੀ ਹੈਗੀ। ਦੇਖੋ ਸਾਰੇ ਇੱਥੋਂ ਹੀ ਆਉਂਦੇ ਜਾਂਦੇ ਨੇਗੇ। ਇੱਕ ਇਹ ਤੋਂ ਬੈਕ ਸਾਈਡ ਵੀ ਉੱਧਰ ਹੈ, ਹਾਂ ਉੱਧਰ ਸਿੰਗਲ ਫੇਸ ਗੇਟ ਆ, ਹਾਂ ਇੱਕ ਉੱਧਰ ਬੈਕ ਸਾਈਡ ਐਂਟਰੀ ਫੇਸ ਹੈਗਾ। ਇਵੇਂ ਸਾਡਾ ਮੇਨ ਐਂਟਰੀ ਇਹ ਹੈ, ਮੇਨ ਐਂਟਰੀ ਇਹੀ ਆ, ਮਤਲਬ ਇੱਧਰ ਆਪਣੀ ਪਾਰਕਿੰਗ ਆ ਗਈ, ਤੁਸੀਂ ਇੱਧਰ ਪਾਰਕਿੰਗ ਕਰ ਸਕਦੇ ਹੋ ਗੱਡੀਆਂ, ਮਤਲਬ ਕੋਈ ਮੋਟਰਸਾਈਕਲ ਤੇ ਵੈਦਰ ਉੱਥੇ ਘੈਂਟ ਬਣਾਇਆ ਗਿਆ। ਤੇ ਆਪਾਂ ਵੀ ਮਤਲਬ ਪੰਜਾਬ ਦੇ ਹਰ ਜਗ੍ਹਾ ਤੇ ਮਤਲਬ ਦਰਖਤ ਲਗਾਈਏ, ਆਪਣਾ ਵੈਦਰ ਸੋਹਣਾ ਬਣਾਈਏ, ਤੇ ਆਪਾਂ ਨੂੰ ਪੰਜਾਬ ਨੂੰ ਖੁਸ਼ਹਾਲ ਬਣਾਈਏ। ਹਾਂ ਦੇਖ ਕਿੰਨਾ ਸੋਹਣਾ ਦਰਖਤ ਆ, ਕਿੰਨੀ ਸੰਘਣੀ ਸਾਂ ਇਹਦੀ। ਤੇ ਆਪਾਂ ਹੋ ਗਏ ਯੂਨੀਵਰਸਿਟੀ ਸੈਂਟਰ, ਤੇ ਬਿੱਲਾ ਜਾਊਗਾ ਆਪਦੇ ਡਿਪਾਰਟਮੈਂਟ 'ਚ, ਤੁਹਾਨੂੰ ਉਹਦਾ ਡਿਪਾਰਟਮੈਂਟ ਵੀ ਦਿਖਾਉਣੇ ਹੈਗੇ। ਬਿੱਲਾ ਬਾਗਿਆ, ਬਿੱਲੇ ਦਾ ਇਹ ਡਿਪਾਰਟਮੈਂਟ ਹੈਗਾ, ਸਕੋਲਜੀ ਡਿਪਾਰਟਮੈਂਟ ਹੈ ਇਹ ਬਿੱਲਾ ਬਾਗਿਆ ਦੀ ਮੈਡਮ ਕੋਲ। ਅਤੇ ਅਸੀਂ ਇੱਥੇ ਬਾਹਰ ਖੜ੍ਹੇ ਹਾਂਗੇ, ਉਹਦੇ ਸਾਹ ਦੇਖੋ ਕਿੰਨੀ ਆ, ਉਹਦੇ ਦਰਖਤ ਹੀ ਦਰਖਤ ਨੇਗੇ। ਇੱਧਰ ਵਾਟਰ ਕੂਲਰ ਪਾਣੀ ਦਾ ਪ੍ਰਬੰਧ ਗਰਮੀ 'ਚ। ਘੁੰਮਣ ਲੱਗ ਰਹੇ ਸੀ ਅਤੇ ਕੰਟੀਨ 'ਚ ਆ ਕੇ ਬੈਠ ਗਏ ਸੀਗੇ, ਅਤੇ ਬਿੱਲਾ ਆਪਦੇ ਡਿਪਾਰਟਮੈਂਟ 'ਚ ਹੀ ਹੈਗਾ, ਅਤੇ ਉੱਥੇ ਆਪਦਾ ਕੰਮ ਕਾਰ ਲੱਗ ਰਿਹਾ ਹੈਗਾ। ਅਤੇ ਸਾਨੂੰ ਭੁੱਖ ਜਿਹੀ ਲੱਗੀ ਸੀ ਤਾਂ ਅਸੀਂ ਕੰਟੀਨ 'ਚ ਆ ਗਏ, ਅਤੇ ਇੱਥੇ ਕੋਈ ਖਾਣੇ ਪੀਂਦੇ ਹੈਗੇ। ਅਤੇ ਇੱਧਰ ਚਾਈਨਾ ਇਹ ਫੋਨ 'ਚ ਹੀ ਲੱਗ ਰਿਹਾ ਹੈਗਾ। ਅਤੇ ਬਿੱਲਾ ਜਾਇਆ ਆ ਆਪਦੇ ਡਿਪਾਰਟਮੈਂਟ 'ਚ, ਮੈਡਮ ਲਵੇ ਜਾਇਆ ਆ ਹੈ ਬਿੱਲਾ। ਫਿਰ ਮੈਡਮ ਕੀ ਕਹਿੰਦੀ, ਕੁਛ ਨਹੀਂ ਕਹਿੰਦੀ, ਠੀਕ ਹੈ ਕਹਿੰਦੀ। ਫਿਰ ਤੈਨੂੰ ਹੁਣ ਭੇਜਤਾ ਉਹਨਾਂ ਨੇ, ਬੱਚਾ ਵਧੀਆ ਪੜ੍ਹਦਾ। ਅੱਛਾ, ਐਂ ਕਹਿੰਦਾ ਹੈ, ਵਧੀਆ ਪੜ੍ਹਦਾ ਕਿ ਤੂੰ। ਚੱਲ ਠੀਕ ਆ, ਵਧੀਆ ਹੀ ਪੜ੍ਹਨਾ ਚਾਹੀਦਾ ਹੈਗਾ। ਆਪਾਂ ਫਿਰ ਹੁਣ ਘੁੰਮੀਏ ਯੂਨੀਵਰਸਿਟੀ, ਦੇਖੀਏ ਯੂਨੀਵਰਸਿਟੀ, ਆ ਜਾਓ ਚੱਲੀਏ ਫਿਰ। ਆਹ ਦੇਖੋ ਕਿੰਨਾ ਘੈਂਟ ਬਣਾਇਆ ਹੋਇਆ ਇਹ ਬੰਦਾ, ਕਲਾ ਭਵਨ ਹੈਗਾ, ਇੱਥੇ ਮਿਊਜ਼ਿਕ ਦਾ ਕੰਮ ਹੁੰਦਾ ਸਾਰਾ, ਕਲਾ ਭਵਨ ਉਹ ਉੱਤੇ ਲਿਖਿਆ। ਗਰਮੀਆਂ 'ਚ ਤਾਂ ਲੋਕ ਛਾਉਣ ਲੱਭਦੇ ਨੇ, ਅਤੇ ਸਿਆਲ 'ਚ ਲੱਭਦੇ ਨੇ ਧੁੱਪ। ਇਹ ਬੰਦਾ ਉਲਟ ਚੱਲਦਾ ਹੈਗਾ, ਇਹ ਦੇਖੋ ਚਾਈਨਾ ਨੰਬਰ ਦਾ ਪਿਆ, ਇਹ ਧੁੱਪੇ ਪਿਆ ਹੈਗਾ, ਇਹ ਬੰਦਾ ਧੁੱਪੇ ਪਿਆ ਕਾਲਾ ਭਰਨ ਲਈ। ਆਹ ਦੇਖੋ ਇੱਧਰ ਕਿੰਨੀ ਧੁੱਪ ਵਾਲੇ ਵਾਲੇ, ਗੱਡੀ 'ਚ ਨਾ ਮਾਰੀ ਕਿਤੇ ਸਕਰੈਚ ਪਾ ਦੇ। ਬਿੱਲਾ ਜਾਂਦਾ ਆਪਦੇ ਦੂਜੇ ਕਾਲਜ, ਖਾਲਸਾ ਕਾਲਜ ਜਾਂਦਾ, ਉੱਥੋਂ ਇਹਨੇ ਕੋਈ ਆਪਦੇ ਡੀ ਐਮ ਸੀ ਫੜ ਕੇ ਲਿਆਉਣਾ ਬਿੱਲਾ ਦਾ। ਮੈਂ ਤਾਂ ਨੰਬਰਦਾਰ ਹੋਈ ਜਾਵਾਂਗੇ ਯੂਨੀਵਰਸਿਟੀ 'ਚ, ਮੇਰੇ ਯੂਨੀਵਰਸਿਟੀ 'ਚ। ਆਹ ਦੇਖੋ ਤਾਂ ਚਿੱਲ ਮੋੜ 'ਚ ਆ ਪੂਰੇ, ਇਹ ਜਮੀ ਇਹਨੂੰ ਕੋਈ ਚੱਕਰ ਨਹੀਂ ਹੈਗਾ। ਹੋਰ ਕੀ ਹਾਲ ਨੇ ਤੇਰੇ, ਫਿੱਟ ਹੈਗਾ? ਆਹ ਦੇਖੋ ਚੀਜ਼ ਬੜੀ ਕੱਬੀ ਹੈ, ਇਹ ਲਾਈਟ 'ਤੇ ਚੱਲਦੀ ਹੈਗੀ, ਗੋਲੀਆਂ ਫਰਾਟੇ ਵੱਢਦੀ ਜਾਂਦੀ ਹੈ, ਤੁਸੀਂ ਨੇ ਦੇਖੀ ਹੋਊਗਾ। ਦੋ ਪਾਵਰ ਦੀ ਹੈਗੀ, ਦੋ ਪਾਵਰ ਦੀ ਮੋਟਰ ਹੈਗੀ। ਆਹ ਦੇਖੋ ਕੀ ਸਿਸਟਮ ਅੰਦਰ, ਬੜੀ ਤੇ ਚੱਲਦੀ ਹੈਗੀ, ਸੰਭਾਲਣੀ ਔਖੀ ਹੋ ਜਾਂਦੀ ਹੈ ਇਹ। ਘਾਹ ਵੱਢਣ ਵਾਸਤੇ ਸਪੈਸ਼ਲ ਹੈ ਯੂਨੀਵਰਸਿਟੀ 'ਚ, ਲਾਈਟ 'ਤੇ ਚੱਲਦੀ ਆ, ਸੁੱਚ ਤੋਂ ਚੱਲਦੀ ਹੈਗੀ, ਤੁਹਾਨੂੰ ਦੇਖਿਆ ਹੋਊਗਾ। ਇਹ ਉਦੋਂ ਪਹਿਲਾਂ ਹੀ ਨੇ ਬਣਾਈ ਨਹੀਂ ਹੈਗੀ, ਵੀਡੀਓ ਤੋਂ ਬਾਈ ਤੋਂ ਬੜੀ ਤੇ ਚੱਲ ਰਹੀ ਸੀ, ਮਸਾਂ ਸੰਭਾਲੀ ਜਾਂਦੀ ਹੈ ਇਹ। ਅੰਦਰ ਚੈਨ ਲੱਗੀ ਹੋਈ ਹੈਗੀ, ਹੁਣ ਉੱਧਰ ਲਏਗਾ ਬਾਈ,
ਕਿੱਧਰ ਇੱਧਰ ਲਾਓ ਇੱਧਰ ਲਾਵੇ ਹੁਣ ਇੱਧਰ ਤੋਂ ਨਹੀਂ ਬਣਾਉਣਾ ਬਣਾਵਾਂਗੇ ਵੀਡੀਓ ਦੇਖਾਂਗੇ ਤੁਹਾਨੂੰ ਐਂ ਦੇਖੋ ਫਰਾਟੇ ਵੱਢਦੀ ਆਊਗੀ ਇਹ ਯੂਨੀਵਰਸਿਟੀ ਘੁੰਮ ਲਈ ਹੁਣ ਇੱਥੋਂ ਆਪਾਂ ਜਾ ਰਹੇ ਹਾਂਗੇ ਅਤੇ ਬਸ ਹੁਣ ਜਾਣ ਦੀਆਂ ਤਿਆਰੀਆਂ ਨੇਗੀਆਂ ਇੱਧਰ ਪਿੱਛੇ ਚਾਈਨਾ ਖੜਿਆ ਹੈਗਾ ਅਤੇ ਉੱਧਰ ਨੰਬਰਦਾਰ ਖੜਿਆ ਉਹ ਖੜਿਆ ਹੈਗਾ ਬਿੱਲਾ ਅਤੇ ਬਸ ਜਾਂਦੇ ਹਾਂ ਜੀ ਤੁਹਾਨੂੰ ਅਤੇ ਜਾਂਦੇ ਜਾਂਦੇ ਦਿਖਾ ਕੇ ਚੱਲਾਂਗੇ ਹੋਰ ਪਟਿਆਲਾ ਸ਼ਹਿਰ ਆਪਾਂ ਆ ਗਏ ਘਰੇ ਆ ਗਏ ਸੀਗੇ ਅਤੇ ਆਉਂਦੇ ਆਉਂਦੇ ਕਾਫੀ ਹਨੇਰਾ ਹੋ ਗਿਆ ਅੱਠ ਕੁ ਵੱਜ ਗਏ 8 ਵਜੇ ਦਾ ਟਾਈਮ ਹੋ ਰਿਹਾ ਹੈਗਾ ਅਤੇ ਤੁਸੀਂ ਪਿੱਛੇ ਦੇਖ ਲਓ ਹਨੇਰਾ ਹੋ ਰਿਹਾ ਹੈਗਾ ਅਤੇ ਉੱਥੇ ਸਾਨੂੰ ਟਾਈਮ ਲੱਗ ਗਿਆ ਪਹਿਲਾਂ ਤਾਂ ਯੂਨੀਵਰਸਿਟੀ 'ਚੋਂ ਲੇਟ ਤੁਰੇ ਉੱਥੇ ਕੰਮ ਕੀ ਲੇਟ ਹੀ ਹੋਇਆ ਹੈਗਾ ਨੇੜ ਕੀ ਪੂਰਾ ਹੋਇਆ ਹੈਗਾ ਅਤੇ ਯੂਨੀਵਰਸਿਟੀ 'ਚੋਂ ਲੇਟ ਤੁਰੇ ਫਿਰ ਹੀ ਬਰਦਾਰ ਚੈਨੇ ਨੇ ਬਰਦਾਰ ਦਾ ਦੋਸਤ ਸੀਗਾ ਅਤੇ ਉਹਦੇ ਲਵੇ ਖੜ ਕੇ ਉਹਦੇ ਲਵੇ ਖੜ ਕੇ ਵਧੀਆ ਟਾਈਮ ਉੱਥੇ ਅਤੇ ਕਾਫੀ ਟਾਈਮ ਅਸੀਂ ਉੱਥੇ ਖੜ੍ਹੇ ਰਹੇ ਅਤੇ ਫਿਰ ਹੁਣ ਆਏ ਹੀ ਘਰੇ ਅਤੇ ਆਪਾਂ ਯੂਨੀਵਰਸਿਟੀ ਕਾਫੀ ਸੋਹਣੀ ਹੈਗੀ ਅਤੇ ਕਾਫੀ ਵੱਡੀ ਵੀ ਹੈਗੀ ਅਤੇ ਵਧੀਆ ਯੂਨੀਵਰਸਿਟੀ ਅਤੇ ਤੁਸੀਂ ਦੇਖੀ ਹੋਊਗੀ ਬਲੌਗ 'ਚ ਪਰ ਮੈਂ ਜ਼ਿਆਦਾ ਇੰਨਾ ਬਲੌਗ ਬਣਾਇਆ ਨਹੀਂ ਹੈਗਾ ਯੂਨੀਵਰਸਿਟੀ ਦਾ ਅਤੇ ਆਪਾਂ ਇੱਥੇ ਹੀ ਕਰਦੇ ਜੀ ਬਲੌਗ ਦਾ ਐਂਡਿੰਗ ਅਤੇ ਤੁਸੀਂ ਜਾਂਦੇ ਜਾਂਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਰ ਦਿਓ ਕਮੈਂਟ ਕਰ ਦਿਓ ਹੁਣੀ ਫਟਾਫਟ ਮਿਲਦੇ ਅਗਲੇ ਬਲੌਗ ਦੇ ਵਿੱਚ ਹੀ ਅਤੇ ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।